ਪਹਿਲੇ ਲੋਕਾਂ ਨੂੰ ਅੰਧਾ ਕੀਤਾ ਜਾਂਦਾ, ਫਿਰ ਉਹਨਾਂ ਨੂੰ ਚਸ਼ਮੇ ਦਾਨ ਕਰਕੇ ਮੋਟਾ ਦਿੰਦਾ। ਝੂਠੇ ਵਾਅਦੇ ਕਰਦੇ ਆ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ, ਆਪਾਂ ਉਹਨਾਂ ਨੂੰ ਸ਼ੀਸ਼ਾ ਤੇ ਪਾ ਦਈਏ। ਕਿਉਂਕਿ ਦੋਨੋਂ ਸਰਕਾਰਾਂ ਇੱਕ ਤੋਂ ਵੱਧ ਝੂਠ ਬੋਲਦੀਆਂ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਸਲੇ ਆਪਾਂ ਦੋ ਦਿਨ ਸਾਰਿਆਂ ਨੇ ਬੜੇ ਵਿਸਥਾਰ ਨਾਲ ਆਪਣੇ ਆਪਣੇ ਪੱਖ ਰੱਖੇ ਤੇ ਸਾਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਮਸਲੇ ਕੀ। ਪਰ ਆਪਾਂ ਜਿਹੜੀ ਲੋਕ ਅਧਿਕਾਰ ਲੈ ਕੇ ਸਰਕਾਰੀ ਆ, ਆਪਾਂ ਕਿਵੇਂ ਬਣਾ ਸਕਦੇ? ਪਹਿਲੇ ਸਾਨੂੰ ਇੱਕ ਮੁਹਿੰਮ ਸਮਝਣ ਦੀ ਲੋੜ ਹੈ। ਸਿਆਸਤਦਾਨਾਂ ਨੇ, ਜਿਹੜੀਆਂ ਰਵਾਇਤੀਆਂ ਸਰਕਾਰਾਂ ਨੇ ਜਾਂ ਜਿਹੜੇ ਰਵਾਇਤੀ ਸਿਆਸਤਦਾਨ ਨੇ, ਇੱਕ ਮੁਹਿੰਮ ਚ ਕਾਮਯਾਬ ਹੋ ਚੁੱਕੇ। ਉਹ ਮੁਹਿੰਮ ਕੀ ਹੈ ਕਿ ਪਹਿਲੇ ਲੋਕਾਂ ਨੂੰ ਅੰਧਾ ਕੀਤਾ ਜਾਂਦਾ, ਫਿਰ ਉਹਨਾਂ ਨੂੰ ਚਸ਼ਮੇ ਦਾਨ ਕਰਕੇ ਵੋਟਾਂ ਦਿੰਦੇ, ਤੇ ਜਿਹਦੇ ਕਰਕੇ ਲੋਕ ਫਿਰ ਉਹਨਾਂ ਦੇ ਮੁਹਤਾਜ ਬਣ ਜਾਂਦੇ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਅਧਿਕਾਰ। ਤੇ ਅੱਜ ਮੈਂ ਸਿਰਫ ਇੱਕ ਇਹਦੇ ਪੈਟਰ ਇੱਕ ਸਿਰਫ ਸੁਜੈਸ਼ਨ ਇੱਕ ਪੁਆਇੰਟ ਰੱਖਣਾ ਚਾਹੁੰਦਾ ਆਪਣਾ ਕਿ ਇਹਦੇ ਚੋਂ ਬਾਹਰ ਕੱਢਣ ਲਈ ਸਾਨੂੰ ਕੀ ਕਰਨਾ ਚਾਹੀਦਾ ਤਾਂ ਜੋ ਲੋਕਾਂ 'ਚ ਇੱਕ ਅਵੇਅਰਨੈਸ ਆਵੇ, ਜਾਗਰੂਕਤਾ ਆਵੇ। ਮੇਰਾ ਇੱਕ ਇਹ ਸੁਝਾਅ ਹੈ ਸਰ ਕਿ ਆਪਾਂ ਇੱਕ ਅੰਦੋਲਨ ਛੇੜੀਏ, ਮੁਹਿੰਮ ਚਲਾਈਏ, ਸ਼ੀਸ਼ਾ ਦਿਖਾਓ ਮੁਹਿੰਮ, ਜਿਹਦੇ 'ਚ ਜਿਹੜੇ ਸਿਆਸਤਦਾਨ ਝੂਠੇ ਵਾਅਦੇ ਕਰਦੇ ਆ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ, ਆਪਾਂ ਉਹਨਾਂ ਨੂੰ ਸ਼ੀਸ਼ਾ ਤੇ ਪਾ ਸਕੀਏ। ਇਹ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਜਿਹੜੀ ਇਹਨਾਂ ਦੀ ਮੁਹਿੰਮ ਚਲਾਈ ਹੋਈ ਹੈ ਆਪਾਂ ਉਹ ਮੁਹਿੰਮ ਨੂੰ ਫੇਲ ਕਰ ਸਕੀਏ। ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੱਚ ਕੀ ਹੈ ਤੇ ਝੂਠ ਕੀ ਹੈ। ਸਾਡੇ ਲੋਕ ਬਹੁਤ ਭੋਲੇ ਭਾਲੇ ਨੇ, ਉਹ ਇਹਨਾਂ ਦੀਆਂ ਝੂਠੀਆਂ ਅਫਵਾਹਾਂ 'ਚ, ਝੂਠੇ ਝੂਠੇ ਵਾਅਦਿਆਂ 'ਚ ਫਸ ਜਾਂਦੇ ਨੇ। ਸਾਨੂੰ ਉਹਦੇ ਪਹਿਲਾਂ ਇੱਕ ਸੱਚ ਦੀ ਮੁਹਿੰਮ ਚਲਾਉਣੀ ਪੈਂਦੀ ਹੈ ਤਾਂ ਲੋਕਾਂ ਨੂੰ ਫਰਕ ਦਾ ਪਤਾ ਲੱਗੂ। ਕਿਉਂਕਿ ਦੋਨੋਂ ਸਰਕਾਰਾਂ ਇੱਕ ਤੋਂ ਵੱਧ ਝੂਠ ਬੋਲਦੇ, ਇੱਕ ਝੂਠ ਬੋਲਦਾ ਅਗਲੀ ਵਾਰੀ ਕਿਹੜੀ ਸਰਕਾਰ ਹੈ ਉਸ ਤੋਂ ਵੱਧ ਝੂਠ ਬੋਲ ਕੇ ਆ ਜਾਂਦੀ। ਪਰ ਕੋਈ ਵੀ ਬੰਦਾ ਸੱਚ ਦਾ ਰਾਹ ਨਹੀਂ ਦਿਖਾ ਪਾਉਂਦਾ ਲੋਕਾਂ ਨੂੰ, ਜਿਹਦੇ ਕਰਕੇ ਲੋਕ ਆਪ ਕਨਫਿਊਜ਼ ਹੋ ਜਾਂਦੇ ਆ। ਫਿਰ ਉਹ ਕਹਿੰਦੇ ਇਹਦੇ ਨਾਲ ਤਾਂ ਉਹ ਚੰਗੇ ਸੀ, ਉਹਦੇ ਨਾਲ ਤਾਂ ਆ ਚੰਗੇ ਸੀ, ਪਰ ਇਹ ਨਹੀਂ ਕੋਈ ਕਹਿੰਦਾ ਕਿ ਇਹ ਸਭ ਤੋਂ ਚੰਗਾ। ਇੰਨੇ ਸਾਡੇ ਪੰਜਾਬ ਦੇ ਹਾਲਾਤ ਬਦਲਦੇ ਕੋਈ ਇਹ ਨਹੀਂ। ਤੇ ਮੈਂ ਤਾਂ ਕਹਿੰਦਾ ਅਸੀਂ ਬਹੁਤ ਖੁਸ਼ ਨਸੀਬ ਆ, ਸਾਡੇ ਕੋਲ ਉਹ ਚਿਹਰਾ ਬੈਠਾ ਜਿਹਦਾ ਕੋਈ ਕਿੰਦੂ ਪ੍ਰੰਤੂ ਨਹੀਂ, ਮਤਲਬ ਲੋਕ ਐਡਮਾਇਰ ਕਰਦੇ ਨੇ ਜੋ ਸਾਹਿਬ ਨੂੰ। ਜਦ ਤਾਂ ਜੋ ਸਾਹਿਬ ਨੂੰ ਪ੍ਰੋਪਰ ਤਰੀਕੇ ਨਾਲ ਪ੍ਰੋਜੈਕਟ ਕਰੀਏ, ਸਕੂਲਾਂ ਤੋਂ ਲੈ ਕੇ, ਕਾਲਜਾਂ ਤੋਂ ਲੈ ਕੇ, ਪਿੰਡਾਂ ਤੋਂ ਲੈ ਕੇ, ਗਲੀਆਂ ਗਲੀਆਂ ਤੱਕ, ਤੇ ਮੈਨੂੰ ਪੂਰਾ ਵਿਸ਼ਵਾਸ ਹੈ ਸਾਰੇ ਲੋਕ ਤੁਹਾਡੇ ਨਾਲ ਜੁੜਨਗੇ, ਤਾਂ ਸਾਨੂੰ ਆਪ ਜੁੜਨਾ ਹੈ। ਤੇ ਮੈਂ ਆਪਣੀ ਜ਼ਿੰਮੇਵਾਰੀ ਆਪ ਲੈਂਦਾ ਸਰ ਕਿ ਮੈਂ ਯੂਥ ਨੂੰ ਲੁਧਿਆਣਾ ਤੇ ਜਿੰਨੇ ਕਾਲਜਿਸ ਆ ਮੈਂ ਹਰ ਕਾਲਜ 'ਚ ਜਾ ਕੇ ਸੈਮੀਨਾਰ ਆਰਗਨਾਈਜ਼ ਕਰੂੰਗਾ। ਜੋ ਲੋਕ ਅਧਿਕਾਰ ਲਹਿਰ ਆਪਾਂ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਲਹਿਰ ਹੋਰ ਅੱਗੇ ਵਧੇ, ਘਰ ਘਰ ਤੱਕ ਪਹੁੰਚੇ, ਜਿਹਦੇ ਕਰਕੇ ਲੋਕਾਂ ਨੂੰ ਆਪਣੇ ਅਧਿਕਾਰ ਮਿਲ ਸਕਣ, ਪਰ ਉਹਨਾਂ ਦੇ ਵਿੱਚ ਇੱਕ ਜਜ਼ਬਾ ਸਾਨੂੰ ਭਰਨਾ ਪੈਣਾ ਹੈ। ਕਿਉਂਕਿ ਉਹਨਾਂ ਦੀਆਂ ਉਮੀਦਾਂ ਬਹੁਤ ਵਾਰੀਆਂ ਟੁੱਟ ਚੁੱਕੀਆਂ, ਇੱਕ ਨਵੇਂ ਸਿਰ ਤੋਂ ਇੱਕ ਨਵੀਂ ਉਮੀਦ ਕੱਠ ਆਪਣੇ ਆਪ ਹੋ ਜਾਊਗਾ ਜਦੋਂ ਉਹਨਾਂ ਨੂੰ ਸਾਡੇ ਵਿੱਚ ਵਿਸ਼ਵਾਸ ਆ ਜਾਊਗਾ ਕਿ ਹਾਂ ਇਹ ਸਾਡੇ ਹੱਕਾਂ ਦੀ ਲੜ ਰਿਹਾ, ਸੰਘਰਸ਼ ਕਰ ਰਿਹਾ। ਤੇ ਮੇਰੀ ਸਿਰਫ ਇੱਕ ਅਪੀਲ ਹੈ, ਸੁਜੈਸ਼ਨ ਹੈ ਕਿ ਜੋ ਸਾਹਿਬ ਤੁਸੀਂ ਅੱਜ ਪ੍ਰੈਸ ਨੂੰ ਸੰਬੋਧਨ ਵੀ ਕਰਨਾ, ਇੱਕ ਆਪਾਂ ਮੁਹਿੰਮ ਦਾ ਅੱਜ ਐਲਾਨ ਜ਼ਰੂਰ ਕਰੀਏ ਤਾਂ ਜੋ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਦੁਬਾਰਾ ਬਣ ਜਾਏ। ਜਿਵੇਂ ਤੁਹਾਡਾ ਕੀਤਾ ਐਲਾਨ ਇੱਕ ਕਾਲਾ ਹਫ਼ਤਾ ਉਹ ਘਰ ਘਰ ਪਹੁੰਚ ਗਿਆ ਸੀ, ਤੇ ਉਦਾਂ ਦਾ ਹੀ ਇੱਕ ਅੱਜ ਇੱਕ ਐਲਾਨ ਕੀਤਾ ਜਾਵੇ ਤਾਂ ਜੋ ਆਪਾਂ ਛੇਤੀ ਤੋਂ ਛੇਤੀ ਆਪਣੀ ਅਗਲੀ ਕਾਰਵਾਈ ਸ਼ੁਰੂ ਕਰਕੇ ਲੋਕਾਂ ਨੂੰ ਇੱਕ ਨਤੀਜੇ ਦਿਖਾ ਸਕੀਏ ਕਿ ਆਪਾਂ ਹੁਣ ਪੰਜਾਬ ਨੂੰ ਬਚਾਉਣ ਲਈ ਲੜਨ ਲਈ ਨਿਕਲ ਚੁੱਕਿਆ। ਤਾਂ ਸਾਨੂੰ ਸਾਰਿਆਂ ਦੀ ਸਾਥ ਦੀ ਲੋੜ ਹੈ, ਇੰਨੀ ਕੁ ਮੇਰੀ ਬੇਨਤੀ ਹੈ। ਮੈਂ ਤਾਂ ਬਸ ਇੱਕ ਕਹਿਣਾ ਚਾਹੁੰਦਾ ਜਾਂਦੇ ਜਾਂਦੇ ਕਿ ਉਹ ਰੱਬਾ ਇੱਕ ਸ਼ੀਸ਼ਾ ਇਹੋ ਜਿਹਾ ਬਣਾ, ਉਹ ਰੱਬਾ ਇੱਕ ਸ਼ੀਸ਼ਾ ਇਹੋ ਜਿਹਾ ਬਣਾ ਜਿਹਦੇ 'ਚ ਬੇਈਮਾਨ ਸਿਆਸਤਦਾਨ ਆਪਣਾ ਚਿਹਰਾ ਨਹੀਂ ਆਪਣਾ ਕਿਰਦਾਰ ਦੇਖ ਸਕੇ। ਅਸੀਂ ਉਹਨਾਂ ਨੂੰ ਕਿਰਦਾਰ ਦਿਖਾ, ਉਹਨਾਂ ਦਾ ਕਿਰਦਾਰ ਸਾਡਾ ਜੋ ਅੱਜ ਪੰਜਾਬ ਦੇ ਹਾਲਾਤ ਹੈ ਉਹਨਾਂ ਕਰਕੇ ਬਣਿਆ। ਉਹ ਜਦੋਂ ਆਪਾਂ ਇੱਕ ਪੈਦਲ ਇੱਕ ਮੁਹਿੰਮ ਚਲਾ ਕੇ ਸ਼ੀਸ਼ਾ ਦਿਖਾਉਣ ਹੋਣੀ, ਮੈਂ ਕਹਿੰਦਾ ਸਰ ਲੋਕਾਂ ਨੇ ਆਪਣੇ ਆਪ ਹੀ ਸਾਡੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ, ਹੱਕ ਤੇ ਸੱਚ ਦੀ ਲੜਨ ਲਈ ਨਿਕਲ ਚੁੱਕਿਆ ਪੰਜਾਬ ਦੇ ਵਿਦਿਆਰਥੀ, ਪੰਜਾਬ ਦੀ ਦਹਿਸ਼ਤ ਹੈ, ਪੰਜਾਬ ਦੇ ਗੈਰ ਲੋਕ ਹੁਣ ਇਕੱਠੇ ਹੋ ਰਹੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।